कार्रवाई हरेक किसी खिलाफ ऐसी चक्के कर दे, डेमोक्रेसी है। ਇਦਾਂ ਨਹੀਂ ਨਾ ਸਰ, ਤੁਸੀਂ ਬੋਲ ਰਹੇ ਹੋ, ਖੁਦ ਬੋਲ ਰਹੇ ਹੋ ਕਿ ਇਹ ਨਕਸਲਵਾਦੀ ਹੈ। ਇਹਦਾ ਮਤਲਬ ਇਹ ਹੋ ਰਿਹਾ ਤੁਹਾਡੇ ਕੋਲੇ ਪ੍ਰੂਫ ਹੈਗੇ ਹੈ, ਤੇ ਫਿਰ ਪ੍ਰੂਫ ਦੇ ਆਧਾਰ ਤੇ ਤਾਂ ਕਾਰਵਾਈ ਹੋ ਸਕਦੀ ਹੈ। ਤੁਸੀਂ ਆਪਣੇ ਪਿਤਾ ਦਾ ਨਾਮ ਦੱਸੋ, ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਤੁਸੀਂ ਉਹਦੀ ਬੇਟੀ ਹੋ? ਕਿਉਂ ਫਾਲਤੂ ਗੱਲ ਕਰਦੇ ਹੋ ਪ੍ਰੂਫ ਦੀ ਗੱਲ? ਮਾਫ ਕਰਨਾ ਗਰੇਵਾਲ ਸਾਹਿਬ, ਪਰ ਤੁਸੀਂ ਜਿੱਦਾਂ ਦੀ ਭੱਦੀ ਸ਼ਬਦਾਵਲੀ ਵਰਤ ਰਹੇ ਹੋ, ਜੇਕਰ ਮੈਂ ਤੁਹਾਨੂੰ ਜਵਾਬ ਦੇਣਾ ਚਾਹਾਂ ਤਾਂ ਤੁਹਾਡੀ ਭਾਸ਼ਾ ਦੇ ਵਿੱਚ ਜਵਾਬ ਦੇ ਸਕਦੀ ਹਾਂ, ਪਰ ਮੇਰੇ ਮਾਪਿਆਂ ਨੇ ਮੈਨੂੰ ਇਦਾਂ ਦੇ ਸੰਸਕਾਰ ਨਹੀਂ ਦਿੱਤੇ, ਤੇ ਭਾਰਤ ਦੀ ਇੱਕ ਮੈਂ ਮਜ਼ਬੂਤ ਹੋਣਹਾਰ ਨਾਰੀ ਹਾਂ, ਤੇ ਮੈਂ ਇਦਾਂ ਦੀ ਸ਼ਬਦਾਵਲੀ ਵਰਤਣਾ ਵੀ ਨਹੀਂ ਚਾਹੁੰਦੀ। ਪਰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਗਰੇਵਾਲ ਸਾਹਿਬ, ਤੁਸੀਂ ਉਸ ਪਾਰਟੀ ਤੋਂ ਬਿਲੋਂਗ ਕਰਦੇ ਹੋ ਜਿਹੜੀ ਪਾਰਟੀ ਦਾ ਜਿਹੜੇ ਪ੍ਰਧਾਨ ਮੰਤਰੀ ਦਾ ਨਾਰਾ ਹੈ ਕਿ ਬੇਟੀ ਬਚਾਓ ਬੇਟੀ ਪੜਾਓ, ਪਰ ਤੁਸੀਂ ਤਾਂ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ। ਤੁਸੀਂ ਇਹ ਵੀ ਨਹੀਂ ਸੋਚਿਆ ਕਿ ਆਪਣੀ ਬੇਟੀ ਦੀ ਉਮਰ ਦੀ ਬੇਟੀ ਦੇ ਨਾਲ ਗੱਲ ਕਰ ਰਹੇ ਹੋ, ਤੇ ਤੁਸੀਂ ਆਪਣੀ ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹੋ। ਮੈਨੂੰ ਪਤਾ ਸੀ ਕਿ ਹੁਣ ਤੁਸੀਂ ਫੋਨ ਕੱਟ ਜਾਓਗੇ।